ਨਾਮ ਬੋਲੋ ਆਪਣਾ। ਸਾਡਾ ਜੀ ਵਰਮਾ ਕਾਰ ਅਸੈਸਰੀ ਆ। ਨਾਮ ਕੀ ਤੁਹਾਡਾ? ਰਾਜਨ ਵਰਮਾ। ਕੱਲ ਲੜਕੇ ਮੇਰੇ ਕੋਲ ਕੰਮ ਕਰਦੇ ਆ, ਬਾਈਕ ਸਾਹਮਣੇ ਖੜਾਉਂਦੇ ਆ, ਸਾਹਮਣੇ ਬਾਈਕ ਹਮੇਸ਼ਾ ਦੀ ਤਰ੍ਹਾਂ ਖੜਾਉਂਦੇ, 10-15 ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ, ਸਾਹਮਣੇ ਬਾਈਕ ਖੜਾਉਂਦੇ ਆ, ਕਦੇ ਕੋਈ ਇੱਦਾਂ ਦਾ ਕੰਮ ਨਹੀਂ ਹੋਇਆ। ਕੱਲ੍ਹ ਰਾਤੀ ਛੁੱਟੀ ਕਰਕੇ 8-8:30 ਵਜੇ ਜਾਣ ਲੱਗੇ ਤਾਂ ਦੇਖਿਆ ਬਾਈਕ ਹੈ ਨਹੀਂ, ਬਾਈਕ 10-15 ਮਿੰਟ ਲੱਭਦੇ ਰਹੇ ਇੱਧਰ ਉੱਧਰ ਤਾਂ ਬਾਈਕ ਮਿਲਿਆ ਨਹੀਂ। ਫਿਰ ਫੋਟੋਜ਼ ਚੈੱਕ ਕੀਤੀ CCTV ਕੈਮਰੇ 'ਚੋਂ ਤਾਂ 3:30-4 ਵਜੇ ਦੇ ਕਰੀਬ 'ਚ ਬਾਈਕ ਕੋਈ ਬੰਦਾ ਚੋਰੀ ਕਰਕੇ ਲੈ ਗਿਆ। ਲੋਕ ਲੱਗਿਆ ਵਾ ਸੀਗਾ ਜੀ, ਹੈਂਡਲ ਲੋਕ ਸਾਰਾ ਕੁਛ, ਡੁਪਲੀਕੇਟ ਚਾਬੀ ਮਾਸਟਰ ਕੀ ਦੇ ਨਾਲ ਉਹਨੇ 2-4 ਵਾਰ ਝਟਕੇ ਜੇ ਮਾਰੇ ਅਤੇ ਮਾਸਟਰ ਕੀ ਦੇ ਨਾਲ ਉਹ ਮੋਟਰਸਾਈਕਲ ਖੋਲ੍ਹ ਕੇ ਲੈ ਗਿਆ। ਆਇਆ ਇੱਧਰੋਂ ਸੀਗਾ, ਯੈਸ ਬੈਂਕ ਦੀ ਤਰਫ ਸੇ ਗਿਆ ਸਟੇਸ਼ਨ ਵੱਲੂ ਸੀਗਾ। ਕੈਬਰੀ ਪਾਈ ਵੀ ਸੀ, ਬਲੂ ਕਲਰ ਦੀ ਬਨੈਨ ਸੀਗੀ, ਲੇਕਿਨ ਮੂੰਹ ਕਵਰ ਕੀਤਾ ਹੋਇਆ ਸੀਗਾ ਉਹਨੇ ਆਪਣਾ ਪੂਰਾ, ਕੋਈ ਪਛਾਣ ਨਹੀਂ ਹੁੰਦੀ, ਕਾਲਾ ਜਿਹਾ ਬੰਦਾ ਸੀਗਾ। ਫਿਰ ਰਾਤੀ ਅਸੀਂ ਗਏ ਸੀਗੇ ਪੁਲਿਸ ਥਾਣੇ ਵੀ ਸਾਡੀ ਰਿਪੋਰਟ ਲਿਖੋ, ਆਹ ਕਰਕੇ ਇੱਦਾਂ ਹੋ ਗਿਆ। SHO ਸਾਹਿਬ ਨਾਲ ਵੀ ਗੱਲ ਹੋਈ, ਮੁਨਸ਼ੀ ਸਾਹਿਬ ਨਾਲ ਗੱਲ ਹੋਈ, ਉਹ ਕਹਿੰਦੇ ਕੋਈ ਗੱਲ ਨਹੀਂ, ਸਾਨੂੰ ਅੱਜ ਦਾ ਰਾਤ ਦਾ ਟਾਈਮ ਦਿਓ, ਕੱਲ੍ਹ ਤੁਸੀਂ ਚੈੱਕ ਕਰੋ ਵੀ ਆਓ। ਮੈਂ ਉਹਨਾਂ ਨੂੰ ਕਿਹਾ ਵੀ ਸੀ ਕਿ ਆ ਕੇ ਫੋਟੋ ਚੈੱਕ ਕਰੋ, ਇੱਥੇ ਚੈੱਕ ਦੇਖੋ, ਅਤੇ ਕਹਿੰਦੇ ਕੋਈ ਨਹੀਂ, ਸਾਨੂੰ ਅੱਜ ਰਾਤ ਦਾ ਟਾਈਮ ਦਿਓ, ਕੱਲ੍ਹ ਨੂੰ 11-12 ਵਜੇ ਆ ਕੇ ਤੁਸੀਂ ਦਰਖਾਸਤ ਦਿਓ ਅਤੇ ਫਿਰ ਦੇਖਦੇ ਹਾਂ। ਉਸ ਤੋਂ ਬਾਅਦ ਹੁਣ ਕੋਈ ਹਜੇ ਤੱਕ ਕੋਈ ਕਾਰਵਾਈ ਕਰਨ ਨੂੰ ਆਇਆ ਨਹੀਂ, ਪ੍ਰਸ਼ਾਸਨ ਦਾ ਦੇਖ ਲਓ ਇਹ ਹਾਲ ਹੈਗਾ ਹੈ, ਹਜੇ ਤੱਕ ਕੋਈ ਕਾਰਵਾਈ ਕਰਨ ਨੂੰ ਨਹੀਂ ਆਇਆ। ਅੱਜ ਸਵੇਰ ਦੇ 11 ਵੱਜ ਚੱਲੇ ਆ, ਅਤੇ ਬਾਈਕ ਹੈਗਾ ਮੁੰਡੇ ਦਾ ਨਵਾਂ ਬਾਈਕ ਹੈ ਸਪਲੈਂਡਰ ਜੀ, ਹਾਂਜੀ, ਇਹਨੇ 90,000 ਰੁਪਏ ਦਾ ਇਹਨੇ ਬਾਈਕ ਲਿਆ ਨਵਾਂ। ਡਿਮਾਂਡ ਅਸੀਂ ਤਾਂ ਇਹੀ ਕਰਾਂਗੇ ਪ੍ਰਸ਼ਾਸਨ ਅੱਗੇ ਕਿ ਸਾਨੂੰ ਸਾਡਾ ਬਾਈਕ ਬਰਾਮਦ ਕਰਕੇ ਦਿਓ, ਬਸ ਹੋਰ ਅਸੀਂ ਡਿਮਾਂਡ ਕਿਆ ਕਰਨੀ। ਇਹੋ ਜਿਹੇ ਅਪਰਾਧੀਆਂ ਨੂੰ ਅੰਦਰ ਕਰੋ, ਸਜ਼ਾ ਦਿਓ ਇਹੋ ਜਿਹੇ ਅਪਰਾਧੀਆਂ ਨੂੰ, ਖੁੱਲ੍ਹੇਆਮ ਘੁੰਮਦੇ ਪਏ। ਹਾਂਜੀ, ਇੱਦਾਂ ਦੀ ਵਾਰਦਾਤਾਂ ਪਹਿਲਾਂ ਵੀ ਹੋਈਆਂ ਜੀ ਸਾਡੇ ਸਾਹਮਣੇ ਹੈ, ਕੁਲਭੂਸ਼ਣ ਪੁਰੀ ਜੀ ਹੈ, ਇਹਨਾਂ ਦੀ ਬਾਲਟੀਆਂ ਚੱਕੀਆਂ ਗਈਆਂ ਸੀ ਚੋਰੀ, ਪਹਿਲਾਂ 2 ਚੱਕੀਆਂ ਗਈਆਂ ਪਤਾ ਨਹੀਂ ਲੱਗਿਆ, ਫਿਰ 2 ਚੱਕੀਆਂ ਗਈਆਂ, ਫਿਰ ਉਸ ਤੋਂ ਬਾਅਦ ਪਤਾ ਲੱਗਿਆ। ਹੋਰ ਵੀ ਕਈ ਵਾਰ ਬਾਈਕ 1-2 ਇੱਥੇ ਚੱਕੇ ਗਏ, ਕੋਈ ਇੱਦਾਂ ਦੀ ਕਾਰਵਾਈ ਹਜੇ ਹੁੰਦੀ ਤਾਂ ਕੋਈ ਨਜ਼ਰ ਨਹੀਂ ਆ ਰਹੀ। ਬਾਕੀ ਹੁਣ ਪ੍ਰਸ਼ਾਸਨ ਲੱਗੀ ਅਸੀਂ ਇਹੀ ਕਰਾਂਗੇ ਕਿ ਸਾਨੂੰ ਸਾਡਾ ਮੋਟਰਸਾਈਕਲ ਬਰਾਮਦ ਕਰਕੇ ਦਿਓ ਕਿਸੇ ਵੀ ਤਰ੍ਹਾਂ। ਮੇਰਾ ਨਾਮ ਦੀਪਕ ਕੁਮਾਰ ਜੀ। ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ, ਮੋਟਰਸਾਈਕਲ ਤੁਹਾਡਾ ਚੋਰੀ ਹੋਇਆ, ਕਿੱਦਾਂ ਤੁਹਾਨੂੰ ਪਤਾ ਲੱਗਿਆ ਕਿ ਚੋਰੀ ਹੋ ਗਿਆ? ਮੋਟਰਸਾਈਕਲ ਅਸੀਂ ਜਦੋਂ ਦੁਕਾਨ ਵਧਾ ਕੇ ਚੱਲ ਘਰ ਨੂੰ ਜਾ ਰਹੇ ਸੀ, ਜਦ ਅਸੀਂ ਦੇਖਿਆ ਫਿਰ ਮੋਟਰਸਾਈਕਲ ਗਾਇਬ ਸੀਗਾ ਸਾਡਾ। ਫਿਰ ਅਸੀਂ CCTV ਕੈਮਰੇ ਦੇ ਅੱਗੇ ਦੇਖਿਆ ਤਾਂ ਚੋਰ ਮੋਟਰਸਾਈਕਲ ਲੈ ਗਿਆ ਸੀਗਾ। ਰਿਪੋਰਟ ਕਰਾਤੀ, ਹੁਣ ਦੇਖੋ ਰਿਪੋਰਟ ਕਰਾਤੀ ਲਿਖੀ ਸੀ, ਸਾਡੀ ਇਹੀ ਮੰਗ ਹੈ ਹੁਣ ਕਿ ਮੋਟਰਸਾਈਕਲ ਸਾਡਾ ਬਰਾਮਦ ਕੀਤਾ ਜਾਵੇ।